ਤਾਂ ਇਸ ਨਾਲ ਮੈਂ ਵਫਾ ਅਸੀਂ ਕਰੇ ਸਾਂ ਹਰ ਵੇਲ ਜਿੱਤਣ ਦੀ ਦੁਆ ਅਸੀਂ ਕਰੇ ਸਾਂ ਆਜੀ ਮੁਨਸਫਾਨ ਆਜੀ ਮੁਨਸਫਾਨ ਦੀ ਹੈ ਜਾਨ ਜ਼ਿੰਦਾਬਾਦ ਆਤਫ ਖਾਨ ਜ਼ਿੰਦਾਬਾਦ ਤੇਰੀ ਸ਼ਾਨ ਜ਼ਿੰਦਾਬਾਦ ਆਤਫ ਖਾਨ ਜ਼ਿੰਦਾਬਾਦ ਤੇਰੀ ਸ਼ਾਨ ਜ਼ਿੰਦਾਬਾਦ ਕਿ ਜਿਸ ਟਾਈਮ ਇਹ ਚੰਮਿਆਂ ਦੀ ਆਵਾਮ ਕਿਸੇ ਦੀ ਹਮਾਇਤ ਦਾ ਐਲਾਨ ਕਰਦੀ ਹੈ ਇਹ ਚੰਮਿਆਂ ਦੀ ਆਵਾਮ ਕਿਸੇ ਨਾਲ ਵਫਾ ਕਰਦੀ ਹੈ ਤੇ ਇਨਸ਼ਾਅੱਲਾ ਤਾਲਾ ਉਹ ਸਿਰਫ ਤਹਿਸੀਲ ਹਵੇਲੀਆਂ ਸ਼ੁਰੂ ਨਹੀਂ ਹੁੰਦੀ ਉਹ ਤਹਿਸੀਲ ਮੇਅਰ ਹਵੇਲੀਆਂ ਆਤਫ ਖਾਨ ਹੁੰਦੇ ਇਨਸ਼ਾਅੱਲਾ ਤੇ ਕੰਪੇਨ ਦੇ ਦੌਰਾਨ ਅਸਾਂ ਆਪਣੀਆਂ ਅੱਖਾਂ ਨਾਲ ਹੀ ਦੇਖੇ ਕਿ ਹਲਕਾ ਇੰਤਹਾਈ ਪਸਮਾਨਗੀ ਦਾ ਸ਼ਿਕਾਰ ਹੈ ਜਿਸ ਟਾਈਮ ਅਸੀਂ ਜੇਲ੍ਹ ਵਿੱਚ ਹਾਂ ਟਾਈਮ ਅਸਾਂ ਕੋਲ ਥੋੜ੍ਹਾ ਰਹਿੰਦਾ ਪਿਆ ਅਸਾਂ ਜੇਲ੍ਹ 'ਚੋਂ ਕਾਗਜ਼ ਜਮ੍ਹਾਂ ਕਰਾਉਂਦੇ ਹਾਂ ਚੰਦ ਰੁਫਕਾ ਹੈ ਅਸਾਂ ਦੇ ਉਹ ਆਹੋ ਲੱਗੇ ਕਿ ਟਾਈਮ ਨੂੰ ਕਾਟੇ ਤੁਸਾਂ ਕੋਲ ਜੇਲ੍ਹ ਵਿੱਚੋਂ ਮੁਸ਼ਕਲ ਹੋਵੇ ਸੀ ਮੈਂ ਉਹਨਾਂ ਇਹ ਗੱਲ ਉਦੋਂ ਆਖੀ ਕਿ ਅੱਲਾਹ ਦੇ ਤਵੱਕਲ ਹੋਵੇ ਨੀਅਤ ਸਾਫ਼ ਹੋਵੇ ਪੈਰਾਂ ਦਾ ਬੰਦਾ ਪਾਟਾ ਹੋਵੇ ਕੋਈ ਕੰਮ ਮੁਸ਼ਕਲ ਨਹੀਂ ਹੁੰਦਾ ਤੇ ਅੱਲਾਹ ਦੇ ਫਜ਼ਲ ਨਾਲ ਅੱਲਾਹ ਦੀ ਮਦਦ ਨਾਲ ਉਹ ਟਾਈਮ ਆਇਆ ਔਰ ਅੱਲਾਹ ਦੇ ਕੰਮ ਐਨ ਟਾਈਮ ਉੱਤੇ ਮੇਰੇ ਅੱਲਾਹ ਮੈਂ ਜੇਲ੍ਹ ਵਿੱਚੋਂ ਕੱਢ ਕੇ ਬਾਇਜ਼ਤ ਬਰੀ ਕਰਕੇ ਤੁਸਾਂ ਦੇ ਦਰਮਿਆਨ ਕੇ ਨਾਏ ਨੇ ਸਾਰਿਆਂ ਤੇ ਹੁੰਦਾ ਬਾਕੀ ਉਮੀਦਵਾਰ ਨੇ ਪਾਰਟੀ ਦਾ ਸਾਰਾ ਗਿਣ ਕੇ ਆਏ ਦੇ ਨੇ ਪਾਰਟੀ ਦੀਆਂ ਵਿਸਾਖੀਆਂ ਦੇ ਪੇ ਚੁਣਦੇ ਨੇ ਐਮ ਪੀ ਏ ਮਨੇ ਬਗੈਰ ਉਹਨਾਂ ਕੋਲੋਂ ਕੰਪੇਨ ਨਹੀਂ ਪੀ ਆਉਂਦੀ ਜਦਕਿ ਤੁਸਾਂ ਦਾ ਪਤਰੀਆ ਤੁਸਾਂ ਦਾ ਭਰਾ ਤੁਸਾਂ ਦੇ ਭਰਾਊ ਦਾ ਪੁੱਤਰ ਅੱਲਾਹ ਦੇ ਫਜ਼ਲ ਨਾਲ ਔਰ ਤੁਸਾਂ ਆਵਾਮ ਦੇ ਧਾਵਨ ਨਾਲ ਆਜ਼ਾਦ ਇਲੈਕਸ਼ਨ ਪੇ ਆਏ ਇਹਨਾਂ ਕੋਲ ਜਿਹੜੇ ਐਮ ਪੀ ਐਮ ਐਨ ਏ ਨੇ ਉਹ ਇਹਨਾਂ ਦੀ ਕੰਪੇਨਾਂ ਚਲਾਉਂਦੇ ਨੇ ਲੋਕਾਂ ਨਾਲ ਲੈਂਦੇ ਨੇ ਤੇ ਲੋਕ ਉਹਨਾਂ ਗੱਲ ਤੇ ਆਖਦੇ ਨੇ ਅਸਾਂ ਤੇ ਤੁਸਾਂ ਤੇ ਵੀ ਇਤਮਾਦ ਕੀਤਾ ਆ ਤੇ ਤੁਸੀਂ ਖਿਦਮਤ ਕਰਨ ਦੇ ਨਾਕਾਮ ਰਹੇ ਹੋ ਇਹ ਤੇ ਹੀ ਤੁਸਾਂ ਦੀ ਅੱਗੇ ਕਠਪੁਤਲੀਆਂ ਨੇ ਓ ਹੱਥ ਦਾ ਆਲਮ ਤੇ ਨਿਸ਼ਾਨ ਜ਼ਿੰਦਾਬਾਦ ਆਤਫ ਖਾਨ ਇਹ ਜਿਹੜੇ ਐਮ ਪੀ ਏ ਐਮ ਐਨ ਏ ਨੇ ਇੱਕ ਹੱਥ ਸਾਥੀ ਐਮ ਐਨ ਏ ਇਤਮਾਦ ਵਿੱਚੋਂ ਛੁੱਟਾ ਹੋਇਆ ਜਿਹੜਾ ਇਮਰਾਨ ਖਾਨ ਦੀ ਆਵਾਜ਼ ਚੱਲੀ ਤੀ ਉਸਾਂ ਵੀ ਲੋਕਾਂ ਵੋਟਾਂ ਪਾ ਛੋੜੀਆਂ ਗਈਆਂ ਇੱਕ ਹੋਰ ਐਮ ਪੀ ਏ ਬਾਬਾ ਦੂਸਰੀ ਜਮਾਤ ਦੀ ਤਰਫ ਇਹੀ ਹਾਲ ਹੈ ਇਲੈਕਸ਼ਨ ਦੇ ਦੌਰਾਨ ਤੇ ਲੋਕਾਂ ਦੇ ਰੁਪਏ ਵਹਿੰਦੇ ਨੇ ਕੰਮਾਂ ਦੀ ਵਾਰਾਂ ਇਹਨਾਂ ਦੇ ਜੁਰਅਤ ਨਹੀਂ ਹੈ ਕੋਈ ਕੰਮ ਕਰਾ ਕੋਲ ਅਸਾਂ ਦੇ ਇੱਥੇ ਪੁੱਲਾਂ ਦਾ ਮਸਲਾ ਅੱਜ ਕਿੰਨਾ ਟਾਈਮ ਹੋ ਗਿਆ ਇਹ ਹਕੂਮਤੀ ਐਮ ਪੀ ਐਮ ਐਨ ਏ ਨੇ ਇਹਨਾਂ ਕੋਲ ਇਸ ਪੁੱਲੇ ਦਾ ਮਸਲਾ ਹੱਲ ਨਹੀਂ ਪਿਆਉਂਦਾ ਇਸ ਤੋਂ ਇਲਾਵਾ ਜਿੱਥੇ ਜਿੱਥੇ ਤੁਸੀਂ ਦੇਖ ਸਕੋ ਸਰਕਾਰੀ ਕੰਮ ਇੰਤਹਾਈ ਫੁਲਾ ਪੈ ਰਹੇ ਨੇ ਪਿਛਲੇ ਦਿਨਾਂ ਕੁਝ ਅਰਸਾ ਪਹਿਲੇ ਪ੍ਰਵੇਸ਼ ਸਟਕ ਆਏ ਦਾ ਆ ਅਪਟਵਾਦ ਦੇ ਲੋਕਾਂ ਦੇ ਬਾਰੇ ਵਿੱਚ ਨਾ ਜ਼ੇਬਾ ਜ਼ੁਬਾਨ ਇਸਤੇਮਾਲ ਉਸ ਕੀਤੀ ਉਸ ਪਤਾ ਹੈ ਕਿਉਂ ਕੀਤੀ ਉਸਦੀ ਜੁਰਤ ਕਿਉਂ ਹੋਈ ਉਸਦੇ ਸਜੇ ਖਬੇ ਜਿਹੜੇ ਲੋਕ ਖਲਦੇ ਦੇ ਇਹ ਐਮ ਪੀ ਏ ਐਮ ਐਨ ਏ ਉਸਾਂ ਪਤਾ ਆ ਇਹਨਾਂ ਪੇ ਤਣ ਨਹੀਂ ਇਹ ਮੈਂ ਜਵਾਬ ਨਹੀਂ ਦੇ ਸਕਦੇ ਤੇ ਮੈਂ ਉਸ ਟਾਈਮ ਜੇਲ੍ਹ ਵਿੱਚ ਦੇਖਦਾ ਆ ਕਿ ਮੈਂ ਆਹਨੇ ਕਿਤਨੇ ਵੱਡੇ ਢੀਠ ਨੇ ਕਿਤਨੇ ਵੱਡੇ ਬੇਸ਼ਰਮ ਨੇ ਐਮ ਪੀ ਐਮ ਐਨ ਏ ਇਹਨਾਂ ਇਤਬਾਦ ਦੇ ਲੋਕਾਂ ਇਹਨਾਂ ਇੱਜ਼ਤ ਦਿੱਤੀ ਹੈ ਤਹਿਸੀਲ ਹਵੇਲੀਆਂ ਦੇ ਲੋਕਾਂ ਇਹਨਾਂ ਇੱਜ਼ਤ ਦਿੱਤੀ ਹੈ ਜਦਕਿ ਇਹਨਾਂ ਕੋਲ ਪ੍ਰਵੇਸ਼ ਫਟਕ ਖਲ ਕੇ ਇਹਨਾਂ ਲੋਕਾਂ ਦੇ ਬਾਰੇ ਗੱਲਾਂ ਪਿਆ ਕਰਦੇ ਆ ਇਹ ਢੀਠਾਂ ਵਾਲੀ ਗੱਲ ਦਾਨੀ ਜੂਬੇ ਕੱਢਦੇ ਨੇ ਜਿੰਜੂ ਇਤਬਾਦ ਦੀ ਪ੍ਰਵੇਸ਼ ਫਟਕ ਤਾਰੀਫਾਂ ਪਿਆ ਕਰਦਾ ਆ ਇਹ ਸਾਰੀਆਂ ਚੀਜ਼ਾਂ ਅਸੀਂ ਦੇਖਦੇ ਰਹੇ ਇਹਨਾਂ ਚੀਜ਼ਾਂ ਹੀ ਦੇਖ ਕੇ ਅਸਾਂ ਫੈਸਲਾ ਕੀਤਾ ਕਿ ਆਪਣੇ ਹਲਕੇ ਵਿੱਚੋਂ ਅਸਾਂ ਇਲੈਕਸ਼ਨ ਲੜਨਾ ਚਾਹੀਦਾ ਮੈਂ ਹੁਣ ਤੁਸਾਂ ਦੱਸਣਾ
अगर इतने आजी मुनसिफ खान जैसा लीडर हो गया तो प्रवेश खटक की कदे जरूरत हो गया एफ्ट बाद दे बारे में कोई गल जे करे आ ओ हकदार जान दी भी हो जान इंशाल्लाह 31 मार्च मेरे तमाम बुजुर्गों भराओ तुसी ये नार उते भारी अक्षरत नाल मोहरा लायो लासो ना इंशाल्लाह 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 31 तक तुसा दी मेहनत 31 तो बाद इंशाल्लाह मेरी मेहनत शुरू होवे सी तहसील अवेलिया बेच तिरक्याती कमा दा जान ते बिछासा ही बिछासा 24 घंटे खिदमत करसा ही करसा ਨਾਲ ਇਨਸ਼ਾਅੱਲਾ ਅਜ਼ਾਰਿਆ ਜੁਰਤਮੰਦਾਨਾ ਨੁਮਾਇੰਦੀ ਦੀ ਦੇਸਾ ਇਨਸ਼ਾਅੱਲਾ ਇਨਸ਼ਾਅੱਲਾ ਮਗਰਬ ਦਾ ਟਾਈਮ ਹੈ ਕਸਮ ਚਾ ਕੇ ਤੁਸਾਂ ਕੇ ਆਖਣਾ ਕਿ ਤੁਸੀਂ ਮੈਂ ਇਨਸ਼ਾਅੱਲਾ ਨੁਮਾਇੰਦੀ ਦੇਸੋ ਤੇ ਅਜ਼ਾਰਾ ਡਿਵੀਜ਼ਨ ਦੇ ਬਾਰੇ ਵਿੱਚ ਕਿਸੇ ਦੀ ਜੁਰਤ ਨਾ ਸੀ ਉਹ ਕੋਈ ਗੱਲਬਾਤ ਜੇ ਕਰੇ ਅਗਰ ਕਿਸੇ ਗਲਤੀ ਨਾਲ ਅਜ਼ਾਰੇ ਦੇ ਬਾਰੇ ਵਿੱਚ ਜ਼ਿਲ੍ਹਾ ਫਟਬਾਦ ਦੇ ਬਾਰੇ ਵਿੱਚ ਤਹਿਸੀਲ ਅਵੇਲੀਆਂ ਦੇ ਬਾਰੇ ਵਿੱਚ ਕੋਈ ਗੱਲ ਕੀਤੀ ਮੁਸਤਫਾ ਖਾਨ ਦੇ ਪੁੱਤਰੇ ਦਾ ਹਾਥੋਂ ਸੀ ਦੋਸਤਾ ਕੁਰਬਾਨ ਹੋ ਸੀ ਅੱਜ ਕੱਲ ਲੋਕ ਪੇ ਆਤੇ ਨੇ ਕਿ ਆਤਫ ਖਾਨ ਦੇ ਫਿਜ਼ਾ ਬੜੀ ਅੱਛੀ ਆਵਾਜ਼ ਚੱਲ ਗਈ ਹੈ ਤੁਸਾਂ ਦਾ ਜਜ਼ਬਾ ਦੇਖ ਕੇ ਤੁਸਾਂ ਦਾ ਜਨੂਨ ਮੁਹੱਬਤ ਦੇਖ ਕੇ ਮੈਂ ਕਹ ਲਖਦਾ ਇਹ ਆਵਾਨੀ ਇਹ ਤੂਫਾਨ ਆ ਗਏ ਇਨਸ਼ਾਅੱਲਾ ਔਰ ਇਹ ਚੱਕਰ ਇਹਨਾਂ ਸਾਰਿਆਂ ਠੱਗਾ ਨੌਸਰ ਬਾਜ਼ਾ ਇਨਸ਼ਾਅੱਲਾ ਇਨਸ਼ਾਅੱਲਾ ਅੱਲਾ ਦੀ ਮਦਦ ਨਾਲ ਨਾਲ ਉਡਾ ਕੇ ਕਿਨ ਖੜਸੀ ਅੱਜ ਅੱਜ ਕੱਲ ਪਹਿਲੇ ਤੇ ਇਹ ਕਰਦੇ ਹੁੰਦੇ ਕਿ ਪਹਿਲਾ ਨੰਬਰ ਆਉਣਾ ਚਾਹੀਦਾ ਹੁਣ ਅੱਲਾ ਦੇ ਫਜ਼ਲ ਨਾਲ ਇਹ ਦੂਏ ਨੰਬਰ ਦੀ ਦੌੜ ਵਿੱਚ ਲੱਗ ਗਏ ਨੇ ਪੀਟੀਆਈ ਵਾਲਾ ਤੇ ਦੂਆ ਮੇਰਾ ਸੀ ਨੂਨ ਵਾਲਾ ਤੇ ਦੂਆ ਮੇਰਾ ਸੀ ਪਹਿਲਾ ਨੰਬਰ ਅੱਲਾ ਦੀ ਮਦਦ ਨਾਲ ਆਜ਼ਾਦ ਉਮੀਦਵਾਰ ਤੁਸਾਂ ਦਾ ਇਨਸ਼ਾਅੱਲਾ ਆ ਗਿਆ ਥੋੜਾ ਬ੍ਰੇਕ ਜਾ ਦੇ ਅਜ਼ਾਨ ਹੁੰਦੀ ਹੈ ਮੇਰੇ ਸਾਥੀ ਨੇ ਬਜ਼ੁਰਗ ਸ਼ਫਕਤ ਵੀ ਕਰਦੇ ਨੇ ਜਿੱਥੇ ਮੈਂ ਬਲਾਸ ਹੋ ਜਿਸ ਟਾਈਮ ਬਲਾਸ ਹੋ 24 ਘੰਟੇ ਤੁਸਾਂ ਦੀ ਖਿਦਮਤ ਵਾਸਤੇ ਹਾਜ਼ਰ ਹੋ ਸਾਂ ਇਨਸ਼ਾਅੱਲਾ ਔਰ ਹਰ ਜਗ੍ਹਾ ਕਿਸੇ ਵੀ ਮਸਲੇ ਵਿੱਚ ਕਿਸੇ ਵੀ ਕਮੇ ਵਿੱਚ ਇਨਸ਼ਾਅੱਲਾ ਰੈਸਕਿਊ 112 ਕੋਲੋਂ ਜ਼ਿਆਦਾ ਜਲਦੀ ਤੁਸਾਂ ਕੋਲ ਪਹੁੰਚ ਸਾਂ